ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ ਯੂਟਿਊਬ ਚੈਨਲ ਉੱਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਦੋਸਤੋ, ਅੱਜ ਸੁਣਦੇ ਹਾਂ ਦਲੀਪ ਕੌਰ ਟਿਵਾਣਾ ਦੀ ਲਿਖੀ ਕਹਾਣੀ ਸਤੀਆਂ ਸਹੀ। ਕਹਾਣੀ ਸੁਣਨ ਤੋਂ ਪਹਿਲਾਂ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਪੰਜਾਬੀ ਸਾਹਿਤਕ ਮੰਚ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਜ਼ਰੂਰ ਪਹੁੰਚ ਸਕਣ। ਤਾਂ ਆਓ ਸੁਣਦੇ ਹਾਂ ਅੱਜ ਦੀ ਕਹਾਣੀ ਸਤੀਆਂ ਸਹੀ। ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ, ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ। ਗੱਡੀ ਵਿੱਚ ਅੰਨਾ ਮੰਗਤਾ ਗਾ ਰਿਹਾ ਸੀ। ਫਿਰ ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ, ਪਰ ਸਟੇਸ਼ਨ ਆ ਜਾਣ ਕਰਕੇ ਉਹ ਉਸ ਡੱਬੇ ਵਿੱਚੋਂ ਉਤਰ ਕੇ ਦੂਜੇ ਵਿੱਚ ਜਾ ਚੜਿਆ। ਮੈਨੂੰ ਮੁੜ ਮੁੜ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਪਿੰਡ ਵਿੱਚ ਜਾ ਕੇ ਦੱਸਿਆ ਹੋਣਾ ਏ ਕੀ ਗੁਜ਼ਰੀ ਹੋਊ ਭਗਤ ਸਿੰਘ ਦੀ ਮੰਗੇਤਰ ਦੇ ਦਿਲ 'ਤੇ। ਮੈਂ ਡੱਬੇ ਦੀ ਬਾਰੀ ਵਿੱਚੋਂ ਬਾਹਰ ਤੱਕਣ ਲੱਗੀ। ਇਉਂ ਲੱਗਦਾ ਸੀ ਜਿਵੇਂ ਸਾਹਮਣੇ ਖੇਤਾਂ ਵਿੱਚ ਉੱਗੀਆਂ ਫਸਲਾਂ ਅਤੇ ਦਰੱਖਤਾਂ ਦੀਆਂ ਕਤਾਰਾਂ ਨੱਠੀਆਂ ਜਾ ਰਹੀਆਂ ਹੋਣ। ਓਨੀ ਹੀ ਤੇਜ਼ੀ ਨਾਲ ਖਿਆਲ ਮੇਰੇ ਦਿਮਾਗ ਵਿੱਚ ਨੱਠਣ ਲੱਗੇ। ਮੇਰੀ ਕਲਪਨਾ ਦੂਰ ਦਿਸਹੱਦੇ ਤੋਂ ਵੀ ਦੂਰ ਪਿੰਡ ਦੇ ਕਿਸੇ ਕੱਚੇ ਕੋਠੇ ਵਿੱਚ ਬੈਠੀ ਚਰਖਾ ਕੱਤਦੀ ਸੁਨੱਖੀ ਇਸਤਰੀ ਨੂੰ ਲੱਭਣ ਲੱਗੀ। ਚੁੱਪ ਚਾਪ ਮੈਂ ਉਹਦੇ ਮੂੰਹ ਵੱਲ ਤੱਕਣ ਲੱਗੀ। ਕੀ ਆਨੀ ਏ, ਉਹ ਬੋਲੀ। ਮੈਂ ਪੁੱਛਿਆ, ਤੂੰ ਕਿਵੇਂ ਉਮਰ ਗੁਜ਼ਾਰੀ? ਮੈਨੂੰ ਉਹਦੀ ਇੱਜ਼ਤ ਦਾ ਪਾਸ ਸੀ, ਲੋਕਾਂ ਕਹਿਣਾ ਸੀ ਇਹ ਭਗਤ ਸਿੰਘ ਦੀ ਮੰਗੇਤਰ ਹੈ, ਮੈਂ ਕਿਵੇਂ ਸਾਹਸ ਛੱਡਦੀ? ਮਿਹਨਤ ਕੀਤੀ, ਮਜ਼ਦੂਰੀ ਕੀਤੀ, ਲੋਕਾਂ ਦੀਆਂ ਕਪਾਹਾਂ ਚੁਗੀਆਂ, ਕੱਤਣਾ ਕੱਤਿਆ, ਪੀਣੇ ਪੀਠੇ, ਕੋਠੇ ਲਿਪੇ, ਘਾਹ ਖੋਤੇ ਅਤੇ ਡੰਗ ਟਪਾਇਆ। ਫਿਰ ਮੈਂ ਪੁੱਛਿਆ, ਕਿਉਂ, ਤੇਰੇ ਮਾਪਿਆਂ ਨੂੰ ਤੇਰਾ ਖਿਆਲ ਨਹੀਂ ਸੀ ਆਇਆ? ਕਹਿਣ ਲੱਗੀ, ਕਿਹੜਾ ਸਾਲ 6 ਮਹੀਨੇ ਦੀ ਗੱਲ ਸੀ ਕਿ ਮੈਂ ਉਹਨਾਂ 'ਤੇ ਬੋਝ ਬਣੀ ਰਹਿੰਦੀ। ਇਹ ਤਾਂ ਉਮਰਾਂ ਦੇ ਮਾਮਲੇ ਸਨ, ਨਾਲੇ ਉਹਨਾਂ ਨੂੰ ਹੀ ਕੋਸਣਾ ਸੀ ਜਿਹੜੇ ਆਪਣੇ ਫਰਜ਼ਾਂ ਨੂੰ ਵਿੱਚੇ ਹੀ ਛੱਡ ਗਿਆ। ਮੈਂ ਉਦਾਸ ਹੋ ਕੇ ਪੁੱਛਿਆ ਕਿ ਤੂੰ ਸਰਕਾਰ ਕੋਲੋਂ ਮਦਦ ਮੰਗ ਲੈਣੀ ਸੀ? ਮੈਂ ਉਹਦੀ ਮੰਗੇਤਰ ਹੋ ਕੇ ਕਿਸੇ ਅੱਗੇ ਹੱਥ ਅੱਡਦੀ? ਇਹ ਮੈਥੋਂ ਨਹੀਂ ਹੋ ਸਕਿਆ। ਉਹਦਾ ਸਿਦਕ, ਉਹਦਾ ਸਾਹਸ, ਉਹਦਾ ਸਿਰੜ ਦੇਖ ਮੇਰਾ ਦਿਲ ਕਰੇ ਇਸ ਮਹਾਨ ਔਰਤ ਦੇ ਪੈਰ ਛੂਹ ਲਵਾਂ। ਉਮਰਾਂ ਦੇ ਛਿੱਲੜ ਲਾ ਉਹ ਭਰ ਜਵਾਨ ਕੁੜੀ ਬਣ ਮੇਰੀ ਯਾਦ ਵਿੱਚ ਉੱਗੜ ਖਲੋਤੀ। ਫਿਰ ਮੈਂ ਪੁੱਛਿਆ, ਸੁਣਿਆ ਉਹਦੇ ਪਿੰਡ ਉਹਦੀ ਯਾਦ ਮਨਾ ਰਹੇ ਨੇ, ਤੂੰ ਜਾਏਂਗੀ? ਮੈਂ ਉਹਦੇ ਪਿੰਡ ਭਲਾ ਕਿਵੇਂ ਜਾ ਸਕਦੀ ਹਾਂ? ਉਹਨੇ ਵੱਜਦੇ ਵਾਜਿਆਂ ਨਾਲ ਸਿਹਰੇ ਬੰਨ੍ਹ ਕੇ ਮੈਨੂੰ ਲੈਣ ਆਉਣਾ ਸੀ, ਪਰ ਉਹ ਆਇਆ ਨਹੀਂ, ਫਿਰ ਮੈਂ ਕਿਵੇਂ ਜਾ ਸਕਦੀ ਹਾਂ? ਮੈਂ ਕਿਹਾ, ਇਹ ਤਾਂ ਬੜੀ ਪੁਰਾਣੀ ਗੱਲ ਹੋ ਗਈ ਹੈ। ਤੈਨੂੰ ਪੁਰਾਣੀ ਲੱਗਦੀ ਹੋਊ, ਮੈਨੂੰ ਤਾਂ ਇਉਂ ਲੱਗਦੀ ਹੈ ਜਿਵੇਂ ਹਲੇ ਕੱਲ੍ਹ ਦੀ ਗੱਲ ਹੋਵੇ, ਜਦੋਂ ਇੱਕ ਦਿਨ ਦੀਵੇ ਬਲਦਿਆਂ ਨਾਲ ਉਹ ਸਾਡੇ ਪਿੰਡ ਆਇਆ ਸੀ। ਬਾਹਰ ਖੂਹ 'ਤੇ ਖਲੋ ਇੱਕ ਨਿਆਣੇ ਹੱਥ ਮੈਨੂੰ ਸੁਨੇਹਾ ਭੇਜ ਦਿੱਤਾ। ਮੈਂ ਝਿਜਕਦੀ ਝਿਜਕਦੀ ਸਭ ਤੋਂ ਚੋਰੀ ਉੱਥੇ ਆ ਗਈ। ਮੈਨੂੰ ਕਹਿਣ ਲੱਗਾ, ਤੂੰ ਫਿਕਰ ਨਾ ਕਰੀ, ਅਜੇ ਮੈਨੂੰ ਜ਼ਰੂਰੀ ਕੰਮ ਹੈ, ਜਦੋਂ ਵਿਆਹ ਕੀਤਾ ਮੈਂ ਤੇਰੇ ਨਾਲ ਹੀ ਕਰਾਂਗਾ, ਮੈਂ ਛੇਤੀ ਹੀ ਆਵਾਂਗਾ। ਫਿਰ ਉਹ ਚੱਲਿਆ ਗਿਆ ਅਤੇ ਮੁੜ ਅਜੇ ਤੱਕ ਨਹੀਂ ਆਇਆ। ਉਸ ਵੇਲੇ ਮੈਨੂੰ ਇੱਕ ਰੂਸੀ ਗੀਤ ਯਾਦ ਆਇਆ। ਸਾਡਾ ਘਰ ਸੱਜਣੀਏ ਐਡੀ ਦੂਰ ਤਾਂ ਨਹੀਂ ਸੀ ਕਿ ਉਮਰ ਭਰ ਫੇਰਾ ਨਾ ਪਾਇਆ। ਇਹਨਾਂ ਲਫ਼ਜ਼ਾਂ ਦੀ ਤੜਫ ਉਹਦੇ ਮੂੰਹ ਤੋਂ ਲੱਭਦੀ ਸੀ, ਜਿਹੜੀ ਜ਼ਿੰਦਗੀ ਭਰ ਉਹਨੂੰ ਉਡੀਕਦੀ ਰਹੀ ਜਿਸਨੇ ਮੁੜ ਕੇ ਕਦੇ ਫੇਰਾ ਨਾ ਪਾਇਆ। ਤੂੰ ਇਹਨਾਂ ਪੀੜਾਂ ਦੀ ਸਾਰ ਕੀ ਜਾਣੇ, ਉਹ ਅੱਖਾਂ ਭਰ ਕੇ ਬੋਲੀ। ਦੋ ਹੰਝੂ ਵਹਿ ਤੁਰੇ। ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ ਕਿ ਇਹ ਕਿਹੀ ਵੇ ਧਰਤ ਕੰਡਿਆਲੀ, ਇਹ ਕਿਹੇ ਵੇ ਜੀਵਨ ਦੇ ਪਰੇਤੇ, ਮੇਰੇ ਸਾਹ ਸੁੱਕਦੇ ਜਾ ਰਹੇ ਨੇ। ਮੈਂ ਉਹਦੇ ਕੁਮਲਾਏ ਮੂੰਹ ਵੱਲ ਵੇਖ ਕੇ ਆਖਿਆ ਕਿ ਰੱਬ ਤੈਨੂੰ ਲੰਮੀ ਉਮਰ ਬਖਸ਼ੇ। ਉਹ ਇਉਂ ਤੜਪਕੀ ਜਿਵੇਂ ਮੈਂ ਉਹਦੇ ਚਪੇੜ ਕੱਢ ਮਾਰੀ ਹੋਵੇ। ਫਿਰ ਕਰੁਣਾ ਭਰੀ ਆਵਾਜ਼ ਵਿੱਚ ਕਹਿਣ ਲੱਗੀ, ਮੇਰੀ ਇਹ ਹਮਦਰਦ ਨੇ
लम्मी उम्र लई मेरी कोई चाह नहीं, उम्र दे तां इह दिन वी नहीं मुकदे पए। उहदी उदासी मेरे कोल वेखी ना गई। गल बदलन लई मैं आख्या, तू मेरे नाल शहर चल, मेरी भैण दा व्याह है, दो चार दिन सोहने लंघ जाणगे। वो कहन लगी, नहीं मैं व्याह नहीं जा सकती। क्यों? खुशियां दे मौके मेरे कोलों झले नहीं जाते, अजिहे मौकियां ते मैं बड़ी थक जानी हाँ। मैथों अपने गम हुण घड़ी पाले भी दूर नहीं किते जाते, मैनू इन्हां दे नाल रहण दी आदत पै गई है। अच्छा एक गल दसेंगी? उन्हें आस नाल मेरे वल तकिया ते मैं भी कह दिता कि हाँ पुछ। कि सच्ची मुची कोई अगला जन्म हुंदा है? विचारी, मेरे दिल ने आख्या। मैं कह दिता हाँ जरूर हुंदा है। ये सुन उस दियां अखां विच चमक आई ते वो मुस्कुरा पई। कि अजे तीक तैनू वो याद है? मैं पुछण लगी। हाँ, हर कड़ी हर पालो मैनू याद रहिंदा है। कदे कदे तां बड़ा मन करदा है कि कोई आ के आखे, नहीं वो मरिया नहीं, उन्हूं फांसी नहीं दित्ती गई, वो जिउंदा है। कदे कदे सोचदी हाँ जे किधरे वो सच्ची मुड़ आवे, मैं उन्हूं आखा कहो वे इन्हां तकदीरां नूं इउं ना दूर खलोण, मैं भी किसे दी धी वे, मैं भी किसे दी भैण। पर हुण इन्हां तकदीरां कोल मेरे जोगा है ही की है? उदास होके बोली। मैं आखण लगी, हुण तां भगत सिंह दे सुपने पूरे हो रहे ने, देख देश किवें तरक्की वल जा रहा है, तू भी कोई हिस्सा पा, देख नवा वरा आया है, नवा कदम चुक। उहदा मूँह हिस गया ते उह चुप चाप मेरे वल तकण लगी, जिवें कहिंदी होवे पिछला वरा रोके तुर चलिया, अगला भी खड़ा उदास, किहड़े वे मुनी सरापिया, तू मुड़ ना पुछी बात। मैं पुछया, तू की सोच रही है? फिर उसने एक लम्मा हौंका भरिया, जिवें कहिंदी होवे रात दी राणी मैनू पुछदी है, किथे तां गईयां नहीं तेरियां नींदरां, द्यों भी उलांभे दिंदा, किथे तां खोईयां तेरियां सूरतां। मैं मुड़ मुड़ तैथों पुछदी, कौन भरूवे मेरी कहानी दा हुंगारा, कौन बणूवे मेरे दुखां दा सिरी। मैं उहदे मूँह वल तकिया, नानक सतिया जाणियन जे बिरहे चोट मरन। इस कथन अगे मैं सिर चुका दिता। उहदी टुट्टी हुई जुत्ती ते मेरी नज़र पै गई। मैं ध्यान नाल देखिया उहदी कमीज़ नूं भी टाकियां लगियां होईयां सन। मैनूं बहुत दुख लगा। तू उहनूं वेखिया सी कदी? उह अजे भी उहदे बारे ही सोच रही सी। मैं कहा, नहीं। वो बहुत सोहना सी, साढ़े पिंड दियां सारियां कुड़ियां दे प्राउणियां नालों सोहना। ते अग्यों उहदा गला भर आया ते फिर जिवें अपने आप नाल गल्लां करन लगी। आउंदे जांदे राइयां दे मैं मूँह वल तकदी, कोई कदे भी तेरी गल, मैं कन्या कुआरी खड़ी उड़ीकदी वे, कदे तां सुनेहा कल। मैं पुछया, की सोच रही है? वो अपने हत्थां दियां लकीरां वल ध्यान नाल तकन लगी, जिवें कह रही होवे मां अपनी नूं मैं पुछदी धी दे किहे लेख लिखाए। मैं उहदे वल तकदी रही। कोई लाट बलती सी उहदियां नज़रां विच, कोई कहर सी उहदी तकनी विच। मैनूं लग्गिया जिवें कोई नागण बन के फुंकार रही होवे, भगत सिंह दे कातलां नूं जिवें हुणे डस लैणा लोचदी होवे, जिवें सब कुछ भन्न तोड़ मसल देना चाहुंदी होवे। फिर उहने पलकां चुका लईआं जिवें कहिंदी होवे मैं भला की कर सकदी आं। तू निराश ना हो, भगत सिंह सिर्फ तेरा ही नहीं, वो साडा सारिआं दा सी। उहदी मौत दा दुख तैनूं ही नहीं सारे देश नूं ऐ, असीं उहनूं भुल्ले नहीं, सानूं तूं वी याद है। इह सुण के उहदीआं अखां भर आईआं ते हंजू केर वह मेरी कल्पना विच्चों मुड़ गई। मैनू लग्या धरत अंबर भी सोचते की देण तसली। इन्हें नू एक झूटे नाल गड्डी स्टेशन उत्ते आण खड़ी हुई ते वह मंगता
फिर डब्बे विच गाउंदा जा रहा सी कि जदों वीर भगत सिंह दत्त नूं दित्ता फांसी दा हुकम सुना उहदी होवण वाली नार नूं किसे पिंड विच दस्या जा, किसे पिंड विच दस्या जा। दोस्तों ये सी दलीप कौर टिवाणा की लिखी कहानी सतियां सही। उम्मीद है तुहानू ये कहानी जरूर पसंद आई होगी। होर भी कहानियां सुनने के लिए पंजाबी साहित्यक मंच यूट्यूब चैनल सबसक्राइब कर लेना ते बैल आइकन दब लेना। अगर तुहानू साडी ये कोशिश पसंद आउंदी है तो कृपा करके वीडियोज़ नू वध तों वध शेयर करना ते कमेंट करके अपने विचार देना। तो फिर मिलते हैं जी कोई नवी कहानी लैके, तद तक लई सत श्री अकाल।